ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਾਲਾ ਪੈੜੀ ਬਾਈ ਆ ਕੁਆਡੀ ਖੜਿਆਰੀ ਜਿੱਦਾਂ ਕਿ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਦਿਨੀ ਲੱਖਣਗੇ ਪੱਡੇ ਵਾਲੇ ਰਵਿੰਦਰ ਭਲਵਾਨ ਵੀਰ ਨਾਲ ਬਹੁਤ ਮਾੜੀ ਗੱਲ ਹੋਈ ਉਸ ਦਾ ਸੜਿਆ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੁਣ ਆਪਾਂ ਨੂੰ ਉਹਦੀ ਮੌਤ ਦਾ ਇਨਸਾਫ ਚਾਹੀਦਾ ਸਾਰੇ ਭਰਾ ਆਪਾਂ ਇਕਜੁੱਟ ਹੋ ਕੇ ਉਸ ਨੂੰ ਉਸਦੀ ਮੌਤ ਦਾ ਇਨਸਾਫ ਦਵਾਈਏ ਤਾਂ ਕਿ ਇਹ ਘਟਨਾ ਕਿਸੇ ਹੋਰ ਪਲੇਅਰ ਨਾਲ ਨਾ ਵਾਪਰੇ ਜਿੱਦਾਂ ਆਪਾਂ ਨੂੰ ਸਾਰੇ ਪਤਾ ਹੀ ਆਖਣਾ ਕਿਤੇ ਵੀ ਕੋਈ ਘਟਨਾ ਵਾਪਰਦੀ ਆ ਤਾਂ ਉਹਦੀ ਨਾਅਰੇਬਾਜ਼ੀ ਸਟਾਰਟ ਕਰ ਦਿੰਦੇ ਆ ਕਿਉਂਕਿ ਜਿੱਦਾਂ ਹੁਣ ਪੱਤਰਕਾਰ ਨਾਲ ਜਲੰਧਰ ਘਟਨਾ ਵਾਪਰੀ ਹੁਣ ਸਾਰੇ ਪੱਤਰਕਾਰ ਇਕੱਠੇ ਹੋ ਕੇ ਉਹ ਕਹਿੰਦੇ ਆ ਵੀ ਉਸ ਜਿਸ ਪੁਲਿਸ ਵਾਲੇ ਵੱਲੋਂ ਪੱਤਰਕਾਰ ਨੂੰ ਕੁੱਟਿਆ ਗਿਆ ਉਸ ਨੂੰ ਸਸਪੈਂਡ ਕਰਾਉਣ ਲਈ ਕਹਿ ਰਹੇ ਆ ਹਨਾ ਆਪਣੇ ਨਾਲ ਤਾਂ ਬਾਹਲੀ ਵੱਡੀ ਘਟਨਾ ਵਾਪਰੀ ਆ ਆਪਣਾ ਤਾਂ ਭਰਾ ਹੀ ਇੱਥੋਂ ਚਲਿਆ ਗਿਆ ਜਿਹਦੇ ਕਾਰਨ ਆਪਾਂ ਚੁੱਪ ਬੈਠੇ ਹਾਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਅਤੇ ਉਸ ਭਰਾ ਨੂੰ ਉਸਦੀ ਮੌਤ ਦਾ ਇਨਸਾਫ ਦਿਵਾਉਣਾ ਚਾਹੀਦਾ ਸਤਿ ਸ਼੍ਰੀ ਅਕਾਲ ਧੰਨਵਾਦ